ਅਨੰਦਪੁਰ ਸਾਹਿਬ ਤੋਂ ਪਾਰਲੀਮੈਂਟ ਦੇ ਮੈਂਬਰ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇੰਗਲੈਂਡ ਦੀ ਅਦਾਲਤ ਵੱਲੋਂ ਜੂਨ 1984 ਦੇ ਭਾਰਤੀ ਆਪਰੇਸ਼ਨ ਬਲੂ ਸਟਾਰ ਦੇ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੇ ਫੈਸਲੇ ਦਾ ਦਿਲੋਂ ਸਵਾਗਤ ਕੀਤਾ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਉਹ ਛੇਤੀ ਹੀ ਗ੍ਰਹਿ ਮੰਤਰੀ ਜੀ ਨਾਲ ਮਿਲ ਕੇ ਇਹ ਮੰਗ ਰੱਖਣਗੇ ਕਿ ਭਾਰਤ ਸਰਕਾਰ ਵੀ ਇਹ ਸੱਚ ਲੋਕਾਂ ਦੇ ਸਾਹਮਣੇ ਲੈ ਕੇ ਆਉਣ। ਇਸ ਤੋਂ ਪਹਿਲਾਂ ਉਹਨਾਂ ਨੇ ਨੂਰਪੁਰ ਬੇਦੀ ਦੇ ਪਿੰਡ ਤਖਤਗੜ੍ਹ ਵਿਖੇ ਪੰਚਾਇਤਾਂ ਨੂੰ ਵਿਕਾਸ ਲਈ ਚੈੱਕ ਵੀ ਵੰਡੇ, ਜਿੱਥੇ ਉਹਨਾਂ ਨਾਲ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਵੀ ਮੌਜੂਦ ਸਨ। ਅੱਜ ਤਾਂ ਮੈਂ ਹਲਕਾ ਰੋਪੜ ਦੇ ਵਿੱਚ ਵਿਕਾਸ ਕਾਰਜਾਂ ਲਈ ਚੈੱਕ ਵੰਡੇ ਨੇ, ਕੋਈ ਉਦਘਾਟਨ ਕੀਤੇ ਨੇ, ਕੋਈ ਨੀਂਹ ਪੱਥਰ ਰੱਖੇ ਨੇ। ਔਰ ਮੈਂ ਸਮਝਦਾ ਕਿ ਕੈਪਟਨ ਸਾਹਿਬ ਦੀ ਸਰਕਾਰ ਨੇ 1.5 ਸਾਲ 5 ਪੈਸੇ ਨਹੀਂ ਦਿੱਤੇ, ਅਸੀਂ ਆਪਣਾ ਕੋਸ਼ਿਸ਼ ਕਰ ਰਹੇ ਹਾਂ ਇੱਥੇ ਲੈਣ ਦੇ ਵਿੱਚ ਯੋਜਨਾ ਰਾਹੀਂ ਰੱਖ ਕੇ ਲੋਕਾਂ ਲਈ ਰਹਿੰਦੇ ਕੰਮ ਕਰੀਏ ਜੋ ਸਰਕਾਰ ਨੇ ਸ਼ੁਰੂ ਕੀਤੇ ਸੀ। ਉਹ ਦੇਖੋ,